ਸਰੋਗੇ ਸੋਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬਲੈਕਆ 2 ਫਿਲਮ ਦੇ ਰਿਵਿਊ ਦੇ ਬਾਰੇ ਸ਼ੁਰੂ ਕਰਦੇ ਹਾਂ ਇਹ ਫਿਲਮ ਦੇ ਵਿੱਚ ਜੋ ਹੈ ਦੇਵ ਖਰੋਟ ਅਰੋਸ਼ੀ ਸ਼ਰਮਾ ਜਪਜੀ ਖੈਰਾ ਦੇਖਣ ਨੂੰ ਮਿਲਣਗੇ ਇਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਟੋਰੀ ਲਾਈਨ ਦੇ ਨਾਲ ਬਲੈਕਆ 2 ਦੀ ਸਟੋਰੀ ਲਾਈਨ ਕੀ ਹੈ ਦੇਵ ਆਪਾਂ ਨੂੰ ਐਸ ਗਾਮਾ ਦੇਖਣ ਨੂੰ ਮਿਲਣਗੇ ਇਹ ਫਿਲਮ ਦੇ ਵਿੱਚ ਜੋ ਕਿ ਬਲੈਕਆ ਦੇ ਨਾਮ ਤੋਂ ਵੀ ਜਾਣੇ ਜਾਂਦੇ ਨੇ ਬਟ ਉਹ ਡਾਕੂਆਂ ਦੇ ਨਾਲ ਲੋਕਾਂ ਲਈ ਹੀ ਸਹੀ ਕੰਮ ਕਰਦੇ ਨੇ ਬਲੈਕਏਅਰ 2 ਦੇ ਵਿੱਚ ਸਿਰਫ ਇਹੀ ਨਹੀਂ ਆਪਾਂ ਨੂੰ ਇੱਕ ਰਿਵੈਂਜ ਸਟੋਰੀ ਵੀ ਦੇਖਣ ਨੂੰ ਮਿਲਦੀ ਆ ਗਾਮੇ ਦੀ ਦੁਲਤ ਜਿਹੜਾ ਮਾਮਾ ਹੈ ਗਾਮੇ ਦਾ ਉਹਨੇ ਜੋ ਹੈ ਗਾਮੇ ਦੇ ਪੇਰੈਂਟਸ ਨੂੰ ਵੀ ਮਾਰ ਦਿੱਤਾ ਸੀਗਾ ਤੇ ਇਸ ਕਰਕੇ ਜੋ ਹੈ ਬਦਲਾ ਵੀ ਲੈਂਦੇ ਨੇ ਉਹ ਆਪਣੇ ਮਾਮੇ ਦੇ ਨਾਲ ਹਰੇਕ ਪਾਰਟ ਦੇ ਵਿੱਚ ਤੁਹਾਨੂੰ ਸਸਪੈਂਸ ਤੇ ਟ੍ਰੇਲਰ ਦੇਖਣੋਂ ਮਿਲੂਗਾ ਸਿਰਫ ਇਹੀ ਨਹੀਂ ਇੱਕ ਫਿਲਮ ਟਾਈਟ ਤੇ ਇੰਟਰਸਟਿੰਗ ਸਕ੍ਰੀਨ ਪਲੇ ਵੀ ਦਿਖਾਉਂਦੀ ਆ ਥੀਏਟਰਸ ਦੇ ਵਿੱਚ ਵਿਊਅਰਸ ਕਾਫੀ ਜ਼ਿਆਦਾ ਐਕਸਾਈਟਡ ਹੁੰਦੇ ਨੇ ਦੇਵ ਨੂੰ ਦੇਖਣ ਦੇ ਲਈ ਇੱਕ ਪਾਵਰਫੁਲ ਕੈਰੇਕਟਰ ਦੇ ਵਿੱਚ ਜੇ ਮੈਂ ਤੁਹਾਨੂੰ ਇੱਕ ਸਪੋਇਲਰ ਵੀ ਦੇ ਦਿੰਨਾ ਬਲੈਕਆਰ 2 ਦਾ ਤੁਸੀਂ 10 ਸਕਿੰਟ ਅੱਗੇ ਵੀ ਕਰ ਸਕਦੇ ਹੋ ਵੀਡੀਓ ਬਲੈਕਆਰ 2 ਦੇ ਵਿੱਚ ਦੇਵ ਕਰੋੜ ਦਾ ਤੁਹਾਨੂੰ ਡਬਲ ਰੋਲ ਵੀ ਦੇਖਣ ਨੂੰ ਮਿਲੂਗਾ ਇਹ ਫਿਲਮ ਦੇ ਜਿਹੜੇ ਵਿਜ਼ੂਅਲਸ ਨੇ ਸਾਰਾ ਕੁਝ ਬਹੁਤ ਹੀ ਵਧੀਆ ਤੇ ਇਹ ਚੀਜ਼ਾਂ ਕਾਫੀ ਵਧੀਆ ਐਕਸਪੀਰੀਅੰਸ ਦਿੰਦੀਆਂ ਨੇ ਆਡੀਅੰਸ ਨੂੰ ਜਿਹੜੇ ਫਿਲਮ ਨੂੰ ਦੇਖਣ ਨੂੰ ਗਏ ਕਿ ਇਹ ਵਨ ਫਿਲਮ ਸੀ ਹੀ ਬਹੁਤ ਹੀ ਸੋਹਣੀ ਉਸ ਤੋਂ ਕਿਤੇ ਗੁਣਾ ਬਲੈਕਏਅਰ 2 ਵੀ ਬਹੁਤ ਹੀ ਵਧੀਆ ਲੱਗੀ ਮੈਨੂੰ ਸੀਕਵਲ ਹੋਵੇ ਤਾਂ ਇਦਾਂ ਦਾ ਫਿਲਮ ਦੇ ਵਿੱਚ ਬੰਬੇ ਪਾਕਿਸਤਾਨ ਤੇ अर्ਲੀ ਪੰਜਾਬ ਵੀ ਦਿਖਾਇਆ ਜਾਂਦਾ ਹੈ ਤੇ ਜਿਹੜੀ ਇਹ ਫਿਲਮ ਦੀ ਨਵੀਂ ਕਾਸਟ ਹੈ ਉਹ ਵੀ ਕਾਫੀ ਵਧੀਆ ਹੈ ਦੇਵ ਖਰੋਟ ਤਾਂ ਆਪਣੀ ਅੱਖਾਂ ਨਾਲ ਹੀ ਤਬਾਹੀ ਮਚਾ ਦਿੰਦੇ ਨੇ ਥੀਏਟਰਸ ਦੇ ਵਿੱਚ ਬਾਕੀ ਉਹਨਾਂ ਦਾ ਜਿਹੜਾ ਐਕਸ਼ਨ ਹੈ ਡਾਇਲੋਗ ਡਿਲੀਵਰੀ ਤੇ ਉਹਨਾਂ ਦਾ ਇਮੋਸ਼ਨਲ ਸਾਈਡ ਵੀ ਹੈ ਜਿਹੜੀ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਤੁਸੀਂ ਦੇਵ ਕਰੋੜ ਦੇ ਬਹੁਤ ਹੀ ਵੱਡੇ ਵਾਲੇ ਫੈਨ ਹੋ ਜਾਓਗੇ ਫਿਲਮ ਨੂੰ ਦੇਖਣ ਤੋਂ ਬਾਅਦ ਦੇਵ ਕਰੋੜ ਦੇ ਨਾਲ ਨਾਲ ਆਪਾਂ ਨੂੰ ਲਵ ਸਟੋਰੀ ਵੀ ਦਿਖਾਈ ਜਾਂਦੀ ਹੈ ਜੱਬਜੀ ਖੈਰਾ ਤੇ ਅਰੁਸ਼ੀ ਸ਼ਰਮਾ ਦੀ ਦੋਨੇ ਜਾਣੀਆਂ ਨੇ ਹੀ ਬਹੁਤ ਜ਼ਿਆਦਾ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ ਫਿਲਮ ਦੇ ਵਿੱਚ ਤੇ ਉਹਨਾਂ ਦਾ ਰੋਲ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਕੌਨਫੀਡੈਂਟ ਇੰਡੀਪੈਂਡੈਂਟ ਊਮਨ ਦਿਖਾਈ ਜਾਂਦੀ ਹੈ ਜੱਬਜੀ ਖੈਰਾ ਫਿਲਮ ਦੇ ਵਿੱਚ ਹੁਣ ਉਹਨਾਂ ਦੀ 네ਗੇਟਿਵ ਸਾਈਡ ਨਾਲ ਵੀ ਬਹੁਤ ਹੀ ਪਿਆਰ ਹੋ ਜਾਊਗਾ ਬਲੈਕ ਹੈਟੂ ਤੇ ਨਾਲ ਦੀ ਨਾਲ ਰਾਜ ਸਿੰਘ ਜਿੰજર ਤੇ ਸੈਮਿਊਅਲ ਜான் ਜਿਹੜੇ ਨੇ ਦੋਨੋਂ ਭਰਾ ਹੁੰਦੇ ਨੇ ਤੇ ਦੇਵ ਰੋਡ ਦੇ ਨਾਲ ਉਹ ਕੰਮ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ ਪਰ ਆਖਰਕਾਰ ਉਹਨਾਂ ਦੇ ਹੀ ਦੋਸਤ ਗਾਮੇ ਦੇ ਪਿੱਟ 'ਚ ਸ਼ੁਰਾ ਮਾਰ ਦਿੰਦੇ ਨੇ ਹੋਰ ਵੀ ਚੀਜ਼ਾਂ ਨੇ ਫਿਲਮ ਦੇ ਵਿੱਚ ਜਿਵੇਂ ਕਿ ਸਾਰਿਆਂ ਨੇ ਹੀ ਬਹੁਤ ਹੀ ਆਊਟਸਟੈਂਡਿੰਗ ਪਰਫਾਰਮੈਂਸ ਵੀ ਕੀਤੀ ਹੈ ਫਿਲਮ ਦੇ ਵਿੱਚ ਫੁੱਲ ਸੁਪਰਨੈਚੁਰਲ ਤੁਹਾਨੂੰ ਲੱਗੂਗਾ ਕੋਈ ਵੀ ਫੋਰਸਫੁਲੀ ਕਾਸਟ ਕੀਤਾ ਗਿਆ ਨਹੀਂ ਐਕਟਰ ਲੱਗੂਗਾ ਫਿਲਮ ਵਿੱਚ ਨਵੀਂ ਚੀਜ਼ ਇਹ ਵੀ ਹੈ ਕਿ ਬੈਕਗ੍ਰਾਉਂਡ ਮਿਊਜ਼ਿਕ ਹੈ ਫਿਲਮ ਦਾ ਬਹੁਤ ਹੀ એનਰਜੈਟਿਕ ਹੈ ਤੇ ਬੈਕਗ੍ਰਾਉਂਡ ਮਿਊਜ਼ਿਕ ਹੋਰ ਜ਼ਿਆਦਾ ਸਿਤਾਰੇ ਐਡ ਕਰ ਦਿੰਦਾ ਫਿਲਮ ਦੇ ਵਿੱਚ ਬਲੈਕ ਏ ਟੂ ਦੇ ਐਂਡ ਦੇ ਵਿੱਚ ਵੀ ਆਪਾਂ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਉਹ ਬਲੈਕ ਏ 3 ਦੇ ਨਾਲ ਵੀ ਵਾਪਸ ਆਉਣਗੇ ਗੁਰਮੇਲਾ ਕੇ ਬਿਨਾਂ ਕਿਸੇ ਆਦੇਸ਼ ਦੇ ਜ਼ਿੰਦਗੀ ਕੀਤੀ ਹੈ ਬਿਨਾਂ ਕਿਸੇ ਕਾਰਨ ਦੇ ਲੜਾਈ ਕੀਤੀ ਹੈ ਇਹ ਫਿਲਮ ਤੁਹਾਡਾ ਵੀਕਐਂਡ ਹੋਰ ਜ਼ਿਆਦਾ ਐਂਟਰਟੇਨਿੰਗ ਬਣਾ ਦੇਗੀ ਸਪੈਸ਼ਲੀ ਉਹਨਾਂ ਦੇ ਲਈ ਜਿਹੜੇ ਐਕਸ਼ਨ ਫਿਲਮਾਂ ਦੇ ਫੈਨ ਨੇ ਜੋ ਤੁਹਾਨੂੰ ਟ੍ਰੇਲਰ ਵਿੱਚ ਦਿਖਾਇਆ ਜਾਂਦਾ ਬਲੈਕ ਹੀਅਰ 2 ਦੇ ਉਹਦਾ ਤੁਹਾਨੂੰ ਅੱਧਾ ਹੀ ਟ੍ਰੇਲਰ ਵਿੱਚ ਤੁਹਾਨੂੰ ਦਿਖਦਾ ਹੈ ਜਿਹੜਾ ਐਕਚੁਅਲੀ ਮੇਨ ਵਿਲਨ ਹੈ ਬਲੈਕ ਹੀਅਰ 2 ਦਾ ਉਹ ਕੋਈ ਹੋਰ ਹੀ ਹੈ ਟ੍ਰੇਲਰ ਵਿੱਚ ਦੇਖਣ ਜਦ ਤੁਸੀਂ ਟ੍ਰੇਲਰ ਦੇਖੋਗੇ ਤੁਹਾਨੂੰ ਲੱਗੇਗਾ ਅੱਛਾ ਇਹ ਹੀ ਹੈ ਵਿਲਨ ਬਟ ਉਹ ਐਕਚੁਅਲੀ ਚ ਵਿਲਨ ਨਹੀਂ ਹੈ ਰੀਅਲ ਵਿਲਨ ਇਹ ਫਿਲਮ ਦਾ ਕੋਈ ਹੋਰ ਹੀ ਹੈ ਉਹਦੇ ਲਈ ਤੁਹਾਨੂੰ ਫਿਲਮ ਦੇਖਣੀ ਪਾਉਗੀ ਥੀਏਟਰਸ ਦੇ ਵਿੱਚ ਜਾ ਕੇ ਹਰੇਕ ਬੰਦੇ ਨੇ ਬਹੁਤ ਹੀ ਆਊਟਸਟੈਂਡਿੰਗ ਪਰਫਾਰਮੈਂਸ ਕੀਤੀ ਹੈ ਰਾਈਟਰ ਡਾਇਲੌਗਸ ਡਾਇਰੈਕਟਰ ਡੀਓਪੀ ਸਾਰਾ ਕੁਝ ਬਹੁਤ ਹੀ ਵਧੀਆ ਪਰਫੈਕਟ ਹੈ ਮੇਰੇ ਵੱਲੋਂ ਤਾਂ ਫੁੱਲ ਸਟਾਰ ਨੇ ਫਿਲਮ ਨੂੰ ਬਹੁਤ ਹੀ ਕੈਂਟ ਫਿਲਮ ਹੈ ਕੱਟ ਹੀ ਫਿਲਮਾਂ ਬਣਦੀਆਂ ਨੇ ਇਹ ਜਿਹੀਆਂ ਸੋ ਐਕਸਪੀਰੀਅੰਸ ਕਰਨਾ ਜ਼ਰੂਰ ਬਣਦਾ ਹੈ ਤੁਸੀਂ ਵੀ ਜਾ ਕੇ ਦੇਖੋ ਇਹ ਫਿਲਮ ਨੂੰ ਅਗਰ ਐਕਸ਼ਨ ਫਿਲਮਾਂ ਦੇ ਫੈਨ ਹੋ ਇਹ ਜਿਹੀਆਂ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਵੀ ਦਬਾ ਦਿਓ ਮਿਲਣੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ